ਡੂਅਲ ਕਲਚ ਹੋ ਗਿਆ, ਹੁਣ ਮੂਹਰਲੀ ਟਾਈਮਿੰਗ ਸੈੱਟ ਕਰ ਰਹੇ ਨੇਗੇ। ਟਾਈਮਿੰਗ ਸੈੱਟ ਕਰਦੇ ਕਰਦੇ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਹੁੰਦੀਆਂ ਨੇ ਬਾਈ, ਉਹ ਤਾਂ ਇਹੀ ਹੈਗਾ ਡੂਅਲ ਕਲਚ। ਆ ਨਵੀਂ ਕਿੱਟ ਲੱਗਦੀ ਹੈ ਬਾਈ, ਠੀਕ ਹੈ, ਆਹ ਵਾਲੀ ਕਿੱਟ ਪੂਰੀ ਫਿੱਟ ਹੋ ਚੁੱਕੀ ਹੈ ਜੀ। ਪੱਕੇ ਮਿਸਤਰੀਆਂ ਨੇ ਯੂਟਿਊਬ 'ਤੇ ਵੀ ਅਤੇ ਊਂ ਵੀ ਆਪਣਾ ਬਥੇਰਾ ਮਜ਼ਾਕੜਾ ਹੈ, ਇੰਨਾ ਤੋਂ ਨਹੀਂ ਹੋਣਾ। ਕਿਉਂ ਕੀ ਕਹਿੰਦੇ ਜਿਹੜਾ, ਹਾਂ ਬਾਹਰਲਾ ਬੰਦਾ ਹੈਗਾ, ਇਹਨੂੰ ਕੀ ਪਤਾ ਹੈਗਾ ਕਿਸੇ ਹੋਰ ਸਟੇਟ ਵਾਲਾ ਹੈਗਾ। ਹੈਂ, ਪਲਾਸਟਿਕ ਡੋਰ ਨਹੀਂ ਆਪਾਂ ਨੇ ਲੈਣੀ ਹੈਗੀ, ਘੱਟੋ ਘੱਟ 6 ਚ ਰੱਖੜੀਆਂ ਦਬਾ ਚੁੱਕਿਆ ਮੈਂ, ਖਤਮ ਕਰ ਦਿੰਦੇ ਹਫ਼ਤੇ 'ਚ, ਖਤਮ ਕਰ ਦਿੰਦੇ ਨੇ ਇੱਕ ਵੱਡੀ ਚਰਖੜੀ, 6-6 7 ਲੈਣਾ। ਹਾਂਜੀ ਦੋਸਤੋ, ਜ਼ਿੰਦਗੀ ਦੀਆਂ ਖੇਡਾਂ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਫੋਰਡ 3600 ਦਾ ਇੰਜਣ ਮੰਨਿਆ ਯਾਰ, ਇੱਕ ਤਾਂ ਉਹ ਦਿਖਾ ਦਿੰਦੇ ਤੁਹਾਨੂੰ, ਅਤੇ ਬਾਕੀ ਮੈਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ 'ਚ ਦੱਸਿਆ ਸੀਗਾ ਵੀ ਸਮਾਨ ਬਹੁਤ ਸਾਰਾ ਖਰੀਦਣ ਵਾਲਾ ਪਿਆ ਨਵਾਂ, ਤੇਲ ਬਰੇਕਾਂ ਆਉਣਗੀਆਂ ਅਤੇ ਪਿਛਲੀਆਂ ਹਾਂਡੀਆਂ ਲੈ ਕੇ ਆਉਣ ਵਾਲੀਆਂ ਨੇਗੀਆਂ, ਹੋਰ ਬਹੁਤ ਛੋਟੀ ਮੋਟੀ ਚੀਜ਼ਾਂ ਹੋਰ ਬਹੁਤ ਸਾਰੀਆਂ ਖਰੀਦਣ ਵਾਲੀਆਂ, ਉਹ ਸਾਰੀਆਂ ਲੋਹੜੀ ਤੋਂ ਬਾਅਦ ਹੀ ਖਰੀਦਾਂਗੇ ਬਾਈ। ਅਤੇ ਜਿਹੜੇ ਜਿਹੜੇ ਕੰਮ ਹੋ ਰਹੇ ਨੇ ਉਹ ਦਿਖਾਉਣੇ ਆ, ਨਾਲ ਬਣੇ ਰਹੋ। ਜਿਹਨਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਬਾਈ, ਚੈਨਲ ਸਬਸਕ੍ਰਾਈਬ ਕਰੋ ਬਾਈ। ਜਿਹੜਾ 89 ਮਾਡਲ ਹੈਗਾ ਇਹਦਾ ਸਾਰਾ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਇਹਦਾ ਗੇਅਰ ਗੂਰ ਹੈ ਨਾ ਬੰਨ ਦਿੱਤਾ ਸਾਰਾ, ਡੂਅਲ ਕਲੱਚ ਇਹਦਾ ਆਇਆ ਪਿਆ ਹੈਗਾ, ਅਤੇ ਉਸ ਤੋਂ ਬਾਅਦ ਜਿਹੜਾ ਸਮਾਨ ਸਮੂਨ ਸੀ ਮਾੜਾ ਮੋਟਾ ਨਾ ਉਹ ਸਾਰਾ ਲੱਗਿਆ ਹੋਇਆ। ਪਿਛਲੀ ਜੇ ਇੱਕ ਤਾਂ ਜਿਹੜੀ ਤੇਲ ਬਰੇਕਾਂ ਰਹਿੰਦੀਆਂ ਨੇਗੀਆਂ, ਇੱਕ ਇਹਦਾ ਪਾਵਰ ਸਟੇਰਿੰਗ ਆਉਣਾ ਰਹਿੰਦਾ ਅਤੇ ਇੰਜਣ ਇਹਦਾ ਗਰੈਂਡਿੰਗ ਲਈ ਗਿਆ ਹੋਇਆ, ਅਤੇ ਇਹਦਾ ਕਰਾਊਨ ਪੀਨੀਅਨ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਮੈਂ ਦਿਖਾਇਆ ਸੀਗਾ, ਅਸੀਂ ਡੱਬਾ ਖੋਲਿਆ ਉਹਦੇ ਵਿੱਚੋਂ ਪੀਨੀਅਨ ਗਾਇਬ ਸੀ, ਪੀਨੀਅਨ ਆ ਪਿਆ ਬਾਈ ਇਹਦੇ ਲੱਗ ਗਿਆ ਸੀਗਾ ਪੀਨੀਅਨ। ਅਤੇ ਜਿਹੜਾ ਉਹ ਸਾਹਮਣੇ ਵਾਲਾ ਹੈਗਾ ਉਹ ਹੈਗਾ 91 ਮਾਡਲ, 91 ਮਾਡਲ ਦੀ ਬਾਈ ਪਿਛਲੀ ਹਾਂਡੀ ਦੀ ਆਊਟ ਟੁੱਟੀ ਹੋਈ ਸੀ ਉਹ, ਠੀਕ ਹੈ, ਅਤੇ ਉਹਦੀ ਹਾਂਡੀ ਆਊਗੀ, ਪਿਛਲੀਆਂ ਤੇਲ ਬਰੇਕਾਂ ਆਉਣਗੀਆਂ ਅਤੇ ਹੋਰ ਛੋਟਾ ਮੋਟਾ ਸਮਾਨ ਆਊਗਾ। ਅਤੇ ਇਹਦਾ ਵੀ ਗੇਅਰ ਸਾਰਾ ਬੰਨਿਆ ਹੋਇਆ ਦਿਖਾਤਾ ਸੀਗਾ, ਅੱਜ ਸਵੇਰੇ ਇੰਜਨ ਲੱਗਣਾ ਰਹਿੰਦਾ ਸੀਗਾ। ਡੂਅਲ ਕਲੱਚ ਦਿਖਾਉਣਾ ਤੁਹਾਨੂੰ ਪਹਿਲਾਂ ਮੈਂ, ਆਹ ਡੂਅਲ ਕਲੱਚ, ਆਹ ਨਵੀਂ ਕਿੱਟ ਲੱਗਦੀ ਹੈ ਬਾਈ, ਠੀਕ ਹੈ, ਆਹ ਵਾਲੀ ਕਿੱਟ ਪੂਰੀ ਫਿੱਟ ਹੋ ਚੁੱਕੀ ਹੈ ਜੀ। ਡੂਅਲ ਕਲੱਚ, ਪ੍ਰੈਸ਼ਰ ਪਲੇਟ, ਫਰਾਈ ਵੀਲ, ਠੀਕ ਹੈ, ਕਲੱਚ ਪਲੇਟ, ਅਤੇ ਉਸ ਤੋਂ ਬਾਅਦ ਇਹਦਾ ਮੈਂ ਬੋਕਸ ਤੁਹਾਨੂੰ ਮੈਂ ਕੱਲ੍ਹ ਵਾਲੀ ਦਿਖਾਏ ਸੀਗੇ ਵੀ ਬੋਕਸ ਆਹ ਪਏ ਨੇਗੇ ਇਹਦੇ, ਜਿਹੜੀਆਂ ਪੇਟੀਆਂ ਦੇ ਵਿੱਚ ਇਹ ਆਇਆ ਸੀਗਾ ਡੂਅਲ ਕਲੱਚ ਦਾ ਸਮਾਨ। ਆਹ ਦੋਨੇ ਪੇਟੀਆਂ ਦੇ ਵਿੱਚ ਇਹ ਸਮਾਨ ਆਇਆ ਸੀਗਾ, ਕੱਲ੍ਹ ਵਾਲੀ ਵੀਡੀਓ 'ਚ ਦਿਖਾਇਆ ਸੀ ਅੱਜ ਇਹਨਾਂ ਨੇ ਮੇਰੇ ਆਉਣ ਤੋਂ ਪਹਿਲਾਂ ਫਿੱਟ ਕਰ ਦਿੱਤਾ ਹੈਗਾ। ਅਤੇ ਡੂਅਲ ਕਲੱਚ ਹੋ ਗਿਆ, ਹੁਣ ਮੂਹਰਲੀ ਟਾਈਮਿੰਗ ਸੈੱਟ ਕਰ ਰਹੇ ਨੇਗੇ। ਟਾਈਮਿੰਗ ਸੈੱਟ ਕਰਦੇ ਕਰਦੇ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਹੁੰਦੀਆਂ ਨੇ ਬਾਈ, ਉਹ ਤਾਂ ਇਹੀ ਹੈਗਾ ਜੇ ਜਿੰਨਾ ਹੋ ਸਕੇ ਨਾ, ਜਿੰਨਾ ਹੋ ਸਕੇ ਓਰੀਜਨਲ ਗਰਾਰੀਆਂ ਜਿਹੜੀਆਂ ਪਹਿਲਾਂ ਆਉਂਦੀਆਂ ਸੀਗੀਆਂ ਉਹੀ ਯੂਜ਼ ਕਰਨ ਦੀ ਕੋਸ਼ਿਸ਼ ਕਰੋ ਤਾਂ ਆਵਾਜ਼ ਬਣਦੀ ਹੈ। ਜੇ ਇਹਦੇ ਵਿੱਚ ਛੇੜਖਾਨੀ ਕਰਤੀ ਜਾਂ ਕਦੀ ਗਰਾਰੀ ਦੇਸੀ ਪੈ ਗਈ ਜਾਂ ਬਾਅਦ 'ਚੋਂ ਪੈ ਗਈ ਨਾ, ਇਹਦੀ ਆਵਾਜ਼ ਹੀ ਨਹੀਂ ਬਣਦੀ। ਅਤੇ ਇਸ ਕਰਕੇ ਜਿੰਨਾ ਹੋ ਸਕੇ ਓਰੀਜਨਲ ਗਰਾਰੀਆਂ, ਓਰੀਜਨਲ ਨਾਲ ਦੀਆਂ, ਓਰੀਜਨਲ ਜੇ ਨਵੀਂ ਵੀ ਪਾ ਦਈਏ ਨਾ ਫਿਰ ਵੀ ਪਤਾ ਨਹੀਂ ਆਵਾਜ਼ ਬਣਦੀ ਨਹੀਂ, ਜਾਂ ਤਾਂ ਫਿਰ ਸਾਰੀਆਂ ਚੇਂਜ ਕਰਨੀਆਂ ਪੈਣਗੀਆਂ ਬਾਈ, ਫਿਰ ਜਾ ਕੇ ਗੱਲ ਬਣਦੀ ਗੀ। ਐਡੀ ਨੌਬਤ ਸਾਰੀਆਂ ਚੇਂਜ ਕਰਨ ਦੀ ਅੱਜ ਤੱਕ ਆਈ ਨਹੀਂ। ਇਹ ਅਜਿਹੀਆਂ ਗਰਾਰੀਆਂ ਨੇ ਜਿਹੜੀਆਂ ਖਰਾਬ ਬਹੁਤ ਘੱਟ ਹੁੰਦੀਆਂ ਨੇਗੀਆਂ ਅਤੇ ਬਹੁਤ ਵਧੀਆ ਵਧੀਆ ਕੁਆਲਿਟੀ ਦੀਆਂ ਇਹ ਲੋਹਾ ਹੁੰਦਾ ਜਿਹੜਾ ਹੁੰਦਾ। ਅਤੇ ਚਲੋ ਇਹ ਵੀ ਹੋ ਗਿਆ ਕਰੈਂਕ, ਇਹਦੀ ਕਰੈਂਕ ਕਿੰਨੇ ਦੀ ਸੀਗੀ, 30 'ਤੇ, 30 'ਤੇ ਕਰੈਂਕ ਸੀ ਬਾਈ। ਫਰਾਈ ਵੀਲ ਵੀ ਪੂਰੇ ਦਾ ਪੂਰਾ ਕੰਪਲੀਟ ਬ੍ਰੈਂਡ ਨਿਊ ਲੱਗ ਰਿਹਾ ਤੁਹਾਡੇ ਸਾਹਮਣੇ, ਤੁਹਾਨੂੰ ਦਿਖ ਹੀ ਰਿਹਾ ਹੋਊ ਨਾ, ਇਹ ਤੋਂ ਅੰਦਾਜ਼ਾ ਹੋ ਹੀ ਰਿਹਾ ਹੋਊ ਬਾਈ ਹੈ ਨਾ। ਅਤੇ ਉਰੇ ਲੱਗਣੀ ਹੈ ਸੈਲਫ, ਸੈਲਫ ਤੋਂ ਡੀਜ਼ਲ ਪੰਪ ਇਹਦਾ ਐਡਵਾਂਸ ਡੀ ਆਈ ਹੋ ਕੇ ਆ ਗਿਆ ਸੀਗਾ, ਡੀਜ਼ਲ ਪੰਪ ਇਹਦਾ ਫਿੱਟ ਕਰ ਦਿੱਤਾ ਹੈਗਾ। ਇਹਦਾ ਗੇਅਰ ਅਤੇ ਡੀਜ਼ਲ ਪੰਪ ਅਤੇ ਇੰਜਨ ਸਾਨੂੰ ਐਂ ਸੀਗਾ ਵੀ ਜਿਹੜੀ ਚੀਜ਼ਾਂ ਆ ਗਈਆਂ ਉਹ ਤਾਂ ਫਿੱਟ ਕਰੀਏ ਅੱਜ, ਨਹੀਂ ਅੱਜ ਦਾ ਦਿਨ ਸਾਡਾ ਖਰਾਬ ਜਾ ਰਿਹਾ ਸੀਗਾ। ਅਤੇ ਬਾਕੀ ਦਾ ਸਮਾਂ ਕੰਮ ਆਪਾਂ ਜਦੋਂ ਆਪਣੇ ਕੋਲ ਆਪਾਂ ਅੱਜ ਕੱਲ੍ਹ ਦੇ ਵਿੱਚ ਆਪਾਂ ਪਿੱਛੇ ਵਾਲੇ ਤੇਲ ਬਰੇਕਾਂ ਆ ਗਈਆਂ, ਉਸ ਤੋਂ ਬਾਅਦ ਨਾਲ ਦੀਆਂ ਪਾਵਰ ਸਟੀਅਰਿੰਗ ਹੋ ਕੇ ਸਟਾਰਟ ਹੈ ਬਸ। ਇਹ 91 ਮਾਡਲ ਦਾ ਜਲਦੀ ਸਟਾਰਟ ਹੋ ਜੂਗਾ, ਉਹਦਾ ਇੰਜਨ ਵਾਲੇ ਗਰੈਂਡਿੰਗ ਲਈ ਦਿੱਤਾ ਹੋਇਆ, ਉਹਦਾ ਵੀ ਜਲਦੀ ਪਹੁੰਚ ਜਾਣਾ ਆਪਣੇ ਕੋਲ। ਬਬਲੂ ਜਦੋਂ ਆਪਾਂ ਨੇ ਪਹਿਲਾਂ ਕੰਮ ਸ਼ੁਰੂ ਕੀਤਾ, ਜਿਹੜੇ ਪੱਕੇ ਮਿਸਤਰੀ ਸੀ, ਪੱਕੇ ਹੈ ਨਾ, ਪੱਕੇ ਮਿਸਤਰੀਆਂ ਨੇ ਯੂਟਿਊਬ 'ਤੇ ਵੀ ਅਤੇ ਊਂ ਵੀ ਆਪਣਾ ਬਥੇਰਾ ਮਜ਼ਾਕੜਾ ਹੈ, ਇੰਨਾ ਤੋਂ ਨਹੀਂ ਹੋਣਾ। ਕਿਉਂ ਕੀ ਕਹਿੰਦੇ ਜਿਹੜਾ, ਹਾਂ ਬਾਹਰਲਾ ਬੰਦਾ ਹੈਗਾ, ਇਹਨੂੰ ਕੀ ਪਤਾ ਹੈਗਾ ਕਿਸੇ ਹੋਰ ਸਟੇਟ ਵਾਲਾ ਹੈਗਾ, ਹੈਂ ਵੀ ਸਾਨੂੰ ਹੀ ਪਤਾ ਹੈਗਾ, ਹੋਰ ਤਾਂ ਸਾਰੇ ਊਂ ਹੀ ਦੌਰੇ ਫਿਰਦੇ ਨੇਗੇ। ਪਤਾ ਬਾਈ ਮੈਂ ਤੁਹਾਨੂੰ ਇੱਕ ਚੀਜ਼, ਇਹ ਦੁੱਖ ਸੱਟ ਵੱਜੂ ਹੈ ਨਾ, ਦੁੱਖ ਲੱਗੂ, ਪਰ ਚਲੋ ਛੱਡੋ, ਕਾਹਨੂੰ ਬੋਲਣਾ ਹੈਗਾ, ਠੀਕ ਹੈ, ਵੀ ਜੇ ਸਾਰਾ ਕੁਛ ਲਿਆਓਗੇ, ਸਾਰਾ ਕੁਛ ਸਿੱਖ ਲਓਗੇ, ਪਰ ਨੀਤ ਨਹੀਂ ਲਿਆਉਂਦੀ ਜਾਣੀ, ਮੂਹਰੇ ਆ ਕੇ ਬੋਲਣਾ ਛੱਡ ਦਿਓ। ਅਸੀਂ ਮਿਸਤਰੀ ਨਹੀਂ ਹੈਗੇ ਸਭ ਤੋਂ ਪਹਿਲੀ ਗੱਲ ਤਾਂ, ਠੀਕ ਹੈ, ਚਲੋ ਅਸੀਂ ਇੱਕ ਵਰਕ ਕਰ ਰਹੇ ਹੈਗੇ
ਵੀ ਆਪਦੇ ਆਪ ਨੂੰ ਨਾ ਅਸੀਂ ਕਹਾਉਣ ਦੀ ਕੋਈ ਕਿਤੇ ਵੀ ਸਾਡੇ ਤੋਂ ਵੱਡਾ ਕੋਈ ਹੈ ਹੀ ਨਹੀਂ, ਸਾਡੇ ਤੋਂ ਵੱਡਾ ਕੋਈ ਮਿਸਤਰੀ ਨਹੀਂ ਜਾਂ ਸਾਡੇ ਤੋਂ ਵੱਡਾ ਕੋਈ ਮਕੈਨਿਕ ਨਹੀਂ, ਹੈ ਨਾ ਉਹ ਚੀਜ਼ ਅਸੀਂ ਹੈ ਨਹੀਂ ਗੇ, ਉਹ ਜਿਹੜੇ ਅਸੀਂ ਖੁਦ ਕਹਿੰਦੇ ਵੀ ਅਸੀਂ ਹੈ ਨਹੀਂ ਗੇ, ਹੈ ਨਾ। ਪਰ ਤੁਹਾਡੇ ਕੋਲ ਸਾਰੇ ਗੁਣ ਹੋਣਗੇ। ਮੈਂ ਉਹਨਾਂ ਨੂੰ ਕਹਿ ਰਿਹਾ ਜਿਹੜੇ ਸਾਡੇ 'ਤੇ ਜਿਹੜੇ ਸਾਨੂੰ ਐਂ ਲਾ ਲਓ ਵੀ ਮਾੜਾ ਬੋਲਦੇ ਸੀ ਪਹਿਲਾਂ ਵੀ ਇਹਨਾਂ ਤੋਂ ਕੁਛ ਨਹੀਂ ਹੋਣਾ ਜਾਂ ਇਹਨਾਂ ਤੋਂ ਚੱਲਣਾ ਨਹੀਂ ਹੈਗਾ, ਅਤੇ ਜਿਨ੍ਹਾਂ ਨੂੰ ਮੈਂ ਕਿਹਾ ਸੀਗਾ ਵੀ ਬਾਈ ਆਪਾਂ ਸਾਲ 'ਚ ਆਹ ਲੈ ਲੈਣਾ, ਮੈਂ 2 ਸਾਲ 'ਚ ਇਹ ਕਰ ਦੇਣਾ, ਹੈ ਨਾ ਆਪਾਂ ਇਹ ਕੰਮ ਕਰਨੇ ਨੇਗੇ, ਅਤੇ ਉਹ ਵੀ ਮਜ਼ਾਕ ਉਡਾਉਂਦੇ ਸੀ ਉਹਨਾਂ ਲਈ ਵੀ ਇਹ ਗੱਲ, ਹੈ ਨਾ ਵੀ ਤੁਸੀਂ ਸਿੱਖ ਲਓਗੇ ਤੁਸੀਂ ਤੁਹਾਨੂੰ ਆਉਂਦਾ ਵੱਧ, ਹੈ ਨਾ। ਪਰ ਜਿਹੜੀ ਨੀਤ ਸਾਡੇ ਕੋਲ ਹੈ, ਜਿਹੜੀ ਨੀਤ ਸਾਡੇ ਕੋਲ ਹੈ ਉਹ ਲਿਆਉਣੀ ਬਹੁਤ ਔਖੀ ਹੈਗੀ। ਨੀਤ ਮਤਲਬ ਜਿੰਨੀ ਅਗਲੇ ਨਾਲ ਗੱਲ ਹੋਈ ਹੈ, ਜਿੰਨੇ 'ਚ ਗੱਲ ਹੋਈ ਹੈ, ਠੀਕ ਹੈ, ਉਨਾ ਪੈਸਾ ਅਗਲੇ 'ਤੇ ਲਾਉਣਾ। ਤੁਹਾਡੇ ਹੱਥ 'ਚ ਮੰਨ ਲਓ ਵੀ 2 ਲੱਖ ਰੁਪਈਆ ਆ ਗਿਆ, 2 ਲੱਖ 'ਚ ਤੁਸੀਂ ਕਮਾਉਣਾ ਹੈ 30,000 ਰੁਪਈਆ, ਸਿੱਧੀ ਜੀ ਉਦਾਹਰਨ ਦੇ ਰਿਹਾ। ਤੁਹਾਡੇ ਹੱਥ 2 ਲੱਖ ਹੈ ਅਤੇ 30,000 ਰੁਪਈਏ ਤੋਂ 1,70,000 ਉਹਦੇ ਉੱਤੇ ਉਸ ਚੀਜ਼ ਦੇ ਉੱਤੇ ਲਾਉਣ ਦੀ ਨੀਤ, ਜਿਹੜੀ ਐਨ ਵਾਲੋ ਬਾਬੇ ਦੀ ਕਿਰਪਾ, ਸਾਡੇ ਕੋਲ ਨੀਤ ਹੈਗੀ ਹੈ, ਠੀਕ ਹੈ। ਅਤੇ ਬਾਕੀ ਜਦੋਂ ਨੀਤ ਹੁੰਦੀ ਹੈ ਬਾਈ, ਹੈ ਨਾ, ਫਿਰ ਸਾਰਾ ਕੁਛ ਸਹੀ ਹੋ ਜਾਂਦਾ ਹੈਗਾ। ਜਿੱਥੇ ਬੇਈਮਾਨੀ ਆ ਗਈ ਉੱਥੇ ਸਭ ਕੁਝ ਹੀ ਕੁਛ, ਜਿੰਨਾ ਮਰਜ਼ੀ ਤੁਸੀਂ ਤੁਹਾਡਾ ਟੈਲੈਂਟ ਹੈ, ਜਿੱਡੇ ਮਰਜ਼ੀ ਤੁਸੀਂ ਮਾਰ ਬੰਦੇ ਹੋਗੇ, ਉੱਥੇ 0 ਹੋਗੇ ਜਿੱਥੇ ਬੇਈਮਾਨੀ ਆ ਗਈ। ਨੀਤ ਹੋਣੀ ਚਾਹੀਦੀ ਹੈ ਬੇਈਮਾਨੀ, ਠੀਕ ਹੈ, ਬੇਈਮਾਨੀ ਆ ਗਈ ਜਿੱਥੇ ਉੱਥੇ ਖਤਮ ਹੈ ਸਾਰਾ ਕੁਛ। ਅਤੇ ਨੀਤ ਨਾਲ ਬਾਈ ਸਾਰੀਆਂ ਨੀਤਾਂ ਨੂੰ ਮੁਰਾਦਾਂ ਉਵੇਂ ਨਹੀਂ ਗੱਲਾਂ ਬਣੀਆਂ ਹੋਈਆਂ ਹੈਗੀਆਂ, ਅਤੇ ਅਜਿਹੀ ਸਾਡੀ ਨੀਤ ਸਾਨੂੰ ਮਿਲੀ ਜਾ ਰਿਹਾ। ਅਤੇ ਜਿਹੜੇ ਲੱਤਾਂ ਖਿੱਚਦੇ ਸੀਗੇ ਬਬਲੂ ਦੀਆਂ ਜਾਂ ਮੈਨੂੰ ਕਹਿੰਦੇ ਸੀਗੇ, ਅਸੀਂ ਮੈਂ ਤਾਂ ਹੁਣ ਵੀ ਕਹਿੰਦਾ ਮੈਨੂੰ ਤਾਂ ਹੁਣ ਵੀ ਨਹੀਂ ਆਉਂਦਾ ਕੁਛ ਸਾਨੂੰ, ਪਰ ਇਹ ਪਤਾ ਵੀ ਅਸੀਂ ਕਰਾਉਣਾ ਕੀ ਹੈ, ਸਾਨੂੰ ਕਰਨਾ ਨਹੀਂ ਆਉਂਦਾ, ਸਾਨੂੰ ਇਹ ਪਤਾ ਵੀ ਅਸੀਂ ਕਰਾਉਣਾ ਕੀ ਹੈਗਾ। ਅਤੇ ਚਲੋ ਬਸ ਜਿਹੜੀ ਚੀਜ਼ ਮੈਂ ਸਮਝਾਉਣਾ ਚਾਹੁੰਦਾ ਸਮਝਣ ਵਾਲੇ ਸਮਝ ਗਏ ਹੋਣੇ। ਗੱਲ ਬਬਲੂ ਆਪਣੇ ਕੀ ਖਾਸ ਗੱਲ ਹੈ ਵੀ ਆਪਾਂ ਵੀਡੀਓ ਪਾ ਕੇ ਦਿਖਾ ਕੇ ਚੱਲ ਰਹੇ, ਠੀਕ ਹੈ, ਵੀਡੀਓ ਪਾ ਕੇ ਸਾਰਾ ਕੁਛ ਸਾਰਿਆਂ ਦੇ ਸਾਹਮਣੇ, ਸਾਰਾ ਕੰਮ ਵੀ ਤੁਹਾਡੇ ਟਰੈਕਟਰ 'ਚ ਕੀ ਪਾਇਆ ਕੀ ਨਹੀਂ ਪਾਇਆ ਸਾਰਾ ਕੁਛ ਓਪਨ ਕਰਕੇ ਅਸੀਂ ਪੈਸੇ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਾਈ। ਅਤੇ ਵਧੀਆ ਕਮਾਏ ਜਾਂਦੇ ਨੇ, ਫਿਰ ਵੀ ਜੇ ਆਪਾਂ ਮਾੜੀ ਐਂ ਲਾ ਲਓ ਵੀ ਕਿਸੇ ਨਾਲ ਠੱਗੀ ਮਾਰ ਕੇ ਕੁਛ ਕਮਾਉਣ ਦੀ ਕੋਸ਼ਿਸ਼ ਕਰਾਂਗੇ ਫਿਰ ਨਹੀਂ ਇੰਨਾ, ਫਿਰ ਰਾਸ ਹੀ ਨਹੀਂ ਆਉਂਦਾ ਬਾਈ ਤੁਹਾਨੂੰ ਦੱਸਾਂ ਕਮਾਇਆ ਹੋਇਆ। ਮੈਂ ਪਹਿਲਾਂ ਕੱਲ੍ਹ ਵਾਲੀ ਵੀਡੀਓ 'ਚ ਵੀ ਦੱਸਿਆ ਸੀ, 40-50 ਟਰੈਕਟਰ ਮੰਨ ਲਓ ਤਿਆਰ ਕਰਤੇ, ਉਹਦਾ ਵਿੱਚੋਂ 3 ਰੋਲੇ ਪਏ ਨੇ, 3 ਟਰੈਕਟਰ ਦੇ ਰੋਲੇ ਪਏ ਨੇਗੇ, ਅਤੇ 3 ਟਰੈਕਟਰਾਂ ਦੇ ਰੋਲੇ ਵੀ ਐਂ ਲਾ ਲਓ ਵੀ ਉਹਨਾਂ ਦੀਆਂ ਗਲਤੀਆਂ ਕਰਕੇ ਲਾ ਲਈਏ ਜਾਂ ਉਹਨਾਂ ਨੇ ਜਿਵੇਂ ਦਾ ਕੰਮ ਕਰਵਾਇਆ ਉਸ ਗਲਤੀਆਂ ਕਰਕੇ ਲਾ ਲਈਏ, ਸਾਡੇ ਕਹਿਣ ਦੇ ਬਾਵਜੂਦ ਵੀ ਇਹ ਚੀਜ਼ ਨਾ ਕਰਾਓ ਉਹਨਾਂ ਨੇ ਕੀਤੀ ਅਤੇ ਉਸ ਤੋਂ ਬਾਅਦ ਜਦੋਂ ਖਰਾਬ ਹੋ ਗਈ ਤਾਂ ਗਲ ਸਾਡੇ ਪਏ, ਉਹੋ ਜਿਹੇ ਰੋਲੇ ਪਏ ਨੇ। ਅਤੇ ਇੰਨੇ ਵੱਡੇ ਕੰਮ ਦੇ ਵਿੱਚੋਂ 3 ਰੋਲੇ ਪੈਣਾ ਕੋਈ ਬਾਹਲੀ ਵੱਡੀ ਚੀਜ਼ ਨਹੀਂ, ਕਿਉਂਕਿ ਵੱਡੀਆਂ ਵੱਡੀਆਂ ਕੰਪਨੀਆਂ ਵੀ ਆਪਾਂ ਦੇਖੀਏ ਨਾ, ਜੇ ਕੋਈ ਕਰ ਵੀ ਰਹੇ ਨੇ ਕੰਮ, ਕੋਈ ਏਜੰਸੀਆਂ ਵੀ ਦੇਖ ਲਈਏ, ਗੱਡੀ ਦੀ ਏਜੰਸੀਆਂ, ਉਹਨਾਂ 'ਚ ਵੀ ਕੰਪਲੇਂਟ ਆਈ ਜਾਂਦੀ ਹੈ, ਮਸ਼ੀਨਰੀਆਂ ਨੇ ਖਰਾਬ ਹੋ ਜਾਂਦੀਆਂ ਨੇਗੀਆਂ। ਪਰ ਜਿਹੜੇ ਰੋਲੇ ਵੀ ਪਏ ਉਹ ਵੀ ਜਦੋਂ ਸਾਡੇ ਵਾਰ ਵਾਰ ਕਹਿਣ ਤੋਂ ਬਾਅਦ ਵੀ ਆਹ ਚੀਜ਼ ਨਾ ਕਰਵਾਓ ਇਹਦੇ ਵਿੱਚ ਦਿੱਕਤ ਆ ਸਕਦੀ ਹੈ, ਉਹ ਚੀਜ਼ਾਂ 'ਚ ਰੋਲੇ ਪਏ ਨੇ। ਜਿਵੇਂ ਕਿਸੇ ਨੂੰ ਕਹਿਤਾ ਵੀ ਮੈਨੂੰ ਪਤਾ ਸੀ ਵੀ ਬੰਦਾ ਵੱਧ ਵਰਤੂਗਾ ਚੀਜ਼ ਨੂੰ, ਹੈ ਨਾ, ਰੋਡ 'ਤੇ ਜਾਂ ਬੰਦੇ ਨੇ ਖੇਤੀ 'ਚ ਵੱਧ ਵਰਤਣਾ, ਮੈਂ ਕਹਿ ਦਿੰਦਾ ਹੁੰਦਾ ਬਾਈ 16 ਦੇ ਟਾਇਰ ਨਾ ਪਾ, ਠੀਕ ਹੈ, ਵੀ ਫਿਰ ਸਾਡੀ ਕੋਈ ਗਰੰਟੀ ਨਹੀਂ ਹੈਗੀ। ਅਤੇ ਉਹ ਚੀਜ਼ ਤੋਂ ਬਾਅਦ ਫਿਰ ਬਾਅਦ 'ਚ ਦਿੱਕਤ ਆ ਜੇ, ਫਿਰ ਬਾਅਦ 'ਚੋਂ ਅਗਲਾ ਸਾਨੂੰ ਵੀ ਮਾੜਾ ਕਹਿਣ ਲੱਗ ਜੇ, ਉਹ ਚੀਜ਼ਾਂ ਹੁੰਦੀਆਂ ਨੇਗੀਆਂ। ਜਾਂ ਫਿਰ ਅਗਲੇ ਨੇ ਕਿਸੇ ਨੇ ਕਹਿਤਾ ਵੀ ਸਾਨੂੰ ਤਾਂ ਜੀ ਮੈਂ ਤਾਂ 1,00,000 ਰੁਪਏ ਦਾ ਟਰੈਕਟਰ ਲੈ ਲਓ ਜੀ, ਮੈਨੂੰ ਤਾਂ 4.5 'ਚ ਸਾਰਾ ਕੁਝ ਕਰਕੇ ਦਿਉ, ਠੀਕ ਹੈ, ਅਤੇ ਸਾਰਾ ਕੁਝ ਮਤਲਬ ਵੀ ਪਿੱਛੇ ਡਿਸਕ ਬ੍ਰੇਕ ਡੂਅਲ ਕਲੱਚ 14 ਦੇ ਟਾਇਰ, ਬਈ ਇਹਦੇ 1,00,000+ ਦੇ ਤਾਂ ਟਾਇਰ ਟਾਇਰੀ ਹੋ ਜਾਂਦੇ ਨੇ, ਫਿਰ ਪਾਵਰ ਸਟੇਅਰਿੰਗ 70,000 ਦਾ ਹੋ ਜਾਂਦਾ, ਡਿਸਕ ਬ੍ਰੇਕਾਂ 50,000 ਦੇ ਹੋ ਜਾਂਦੇ, ਡੂਅਲ ਕਲੱਚ 'ਤੇ 50-55,000 ਖਰਚਾ ਆ ਜਾਂਦਾ, ਠੀਕ ਹੈ, ਫਿਰ ਇੰਜਨ ਵੀ ਕਰਨਾ 60-65,000 ਰੁਪਏ ਉਹ 'ਤੇ ਖਰਚਾ ਆ ਜਾਂਦਾ, ਅਤੇ ਉਸ ਤੋਂ ਬਾਅਦ ਕਰਾਊਨ ਪੀਨੀਅਨ ਹੋ ਗਿਆ, ਪਿਛਲਾ ਹੋਰ ਸਮਾਨ ਹੋ ਗਿਆ, ਫਿਰ ਉਸ ਤੋਂ ਬਾਅਦ 70,000 ਦੀ ਅਸੈਸਰੀ ਹੋ ਗਈ, ਉਹ ਤੋਂ ਟੱਪ ਜਾਂਦੀਆਂ ਨੇ ਚੀਜ਼ਾਂ, ਅਤੇ ਉਸ ਤੋਂ ਬਾਅਦ ਜਦੋਂ ਬੰਦਾ ਕਹਿੰਦਾ ਯਾਰ ਵੀ ਇੰਨੇ ਇਹ 'ਚ ਤੁਸੀਂ ਸਾਨੂੰ ਆਹ ਨਹੀਂ ਕੀਤਾ ਉਹ ਨਹੀਂ ਕੀਤਾ, ਉਹ ਰੋਲੇ, ਠੀਕ ਹੈ। ਇਸ ਕਰਕੇ ਅਸੀਂ ਬਹੁਤ ਹੁਣ ਮੈਂ ਕੋਸ਼ਿਸ਼ ਕਰਦਾ ਵੀ ਅਸੀਂ ਕੰਮ ਘੱਟ ਫੜੀਏ, ਪਰ ਜਿੰਨਾ ਵੀ ਫੜੀਏ ਕੁਆਲਿਟੀ ਦਾ ਫੜੀਏ। ਮੈਨੂੰ ਬਹੁਤ ਸਾਰੇ ਭਰਾ ਮੇਰੇ ਨਾਲ ਨਾਰਾਜ਼ ਹੁੰਦੇ ਨੇ, ਮੈਨੂੰ ਜ਼ਿਆਦਾਤਰ ਕੋਲਾਂ ਕੀ ਆਉਂਦੇ ਨੇ ਬਾਈ ਟੂਰਨਾਮੈਂਟ ਵਾਸਤੇ ਟਰੈਕਟਰ ਤਿਆਰ ਕਰਨਾ, ਬਜਟ ਕੀ 1,70,000, 1,50,000 ਰੁਪਇਆ, ਬਾਈ 1,50,000 'ਚ ਤਾਂ ਪੁਰਾਣੇ ਟਰੈਕਟਰ ਸਾਫ਼ ਹੀ ਆਉਂਦਾ ਜੇ ਅੱਜ ਕੱਲ੍ਹ ਦੇਖਿਆ ਜਾਵੇ, ਠੀਕ ਹੈ, ਕਿੱਥੋਂ ਤੁਹਾਨੂੰ ਅਸੀਂ, ਮੈਂ ਕਿਹਾ ਬਾਈ ਮੈਂ ਸਿੱਧਾ ਜਵਾਬ ਦਿੰਦਾ, ਚਲੋ ਟੂਰਨਾਮੈਂਟ ਬਾਈ ਵੀ ਅਸੀਂ ਲਾਂਭੇ ਵਾਲਾ ਕੰਮ ਨਹੀਂ ਕਰ ਸਕਦੇ ਬਾਈ, ਅਸੀਂ ਆਪਦੀ ਬੇਇੱਜ਼ਤੀ ਨਹੀਂ ਕਰਾਉਣੀ, ਅਸੀਂ ਆਪਦਾ ਨਾਮ ਖਰਾਬ ਨਹੀਂ ਕਰਨਾ, ਇਸ ਕਰਕੇ ਟੂਰਨਾਮੈਂਟ ਵਾਲਿਆਂ ਨੂੰ ਅਸੀਂ ਪਹਿਲੇ ਜਵਾਬ ਦੇ ਦਿੰਦੇ ਭਰਾ, ਕਿਉਂਕਿ ਯਾਰ ਚੀਜ਼ ਬਣਾਈਏ, ਹੈ ਨਾ, ਉਸ ਤੋਂ ਬਾਅਦ ਗਰਾਊਂਡ 'ਚ ਕੋਈ ਪਲੇਅਰ ਇੰਨੀ ਮਿਹਨਤ ਕਰਨ ਤੋਂ ਬਾਅਦ ਉਹਨੂੰ ਲੈ ਕੇ ਜਾਓ, ਉਸ ਤੋਂ ਬਾਅਦ ਕਹਿਣਗੇ ਕਿੱਥੋਂ ਤਿਆਰ ਕਰਾਇਆ ਵਿਕਰਮ ਹੋਰਾਂ ਤੋਂ ਕਰਾਇਆ, ਹੈ ਨਾ, ਬਬਲੂ ਨੇ ਤਿਆਰ ਕੀਤਾ, ਠੀਕ ਹੈ, ਵਿਕਰਮ ਹੋਰਾਂ ਤੋਂ ਤਿਆਰ ਕਰਾਇਆ, ਅਤੇ ਉਸ ਤੋਂ ਬਾਅਦ ਉਹਦਾ ਨਿਕਲ ਜਾਏ ਜਲੂਸ ਅਤੇ ਸਾਡੀ ਕਿੱਡੀ ਬੇਇੱਜ਼ਤੀ ਹੋਊਗੀ। ਇਸ ਕਰਕੇ ਅਸੀਂ ਪਹਿਲੀ ਜਵਾਬ ਦਿੰਦੇ ਬਾਈ ਵੀ ਟੂਰਨਾਮੈਂਟ ਵਾਲੇ ਲਈ ਨਹੀਂ ਬਾਈ, ਹੈ ਨਾ, ਵੀ ਉਹੋ ਜਿਹਾ ਨਹੀਂ ਕਰਨਾ। ਪਰ ਜੇ ਕੋਈ ਭਰਾ ਚਾਹੁੰਦਾ ਟੂਰਨਾਮੈਂਟ 'ਤੇ ਵਧੀਆ ਟਰੈਕਟਰ ਤਿਆਰ ਕਰਨਾ, ਵਿਦ ਟਰੈਕਟਰ ਬਾਈ 3.5-4 ਲੱਖ 'ਚ ਬਹੁਤ ਸਿਰਾ ਟਰੈਕਟਰ ਜਿਹੋ ਜਿਹਾ ਟੂਰਨਾਮੈਂਟ ਦਾ ਦਿੰਦੇ ਨੇ, ਹੈ ਨਾ,
ਨਵੇਂ ਵਰਗਾ ਚੱਲਣ ਵਾਲਾ ਟਰੈਕਟਰ ਵੀ ਤਿਆਰ ਹੋ ਸਕਦਾ, ਪਰ ਥੋੜ੍ਹਾ ਜਿਹਾ ਬਜਟ ਤਾਂ ਹੋਵੇ ਨਾ ਚੀਜ਼ ਦਾ, ਉਹੋ ਜਿਹੀ ਚੀਜ਼ ਦੇਈਏ ਜਿਹੜੀ ਆ ਅਗਲਾ 5-7 ਸਾਲ 10 ਸਾਲ ਚਲਾਵੇ। ਸਮਝ ਗਏ ਹੋਵੇਂ ਮੈਂ ਕੀ ਕਹਿ ਰਿਹਾ ਉਹ ਵੀ। ਅਤੇ ਚਲੋ ਬਾਈ, ਲੇਟ ਲੱਗ ਚੁੱਕੀ ਹੈ ਬਾਈ, ਬਾਕੀ ਗੱਲਾਂ ਬਾਤਾਂ 2-3 ਸਾਲ 'ਚ ਅਸੀਂ ਬਹੁਤ ਕੁਛ ਐਂ ਲਾ ਲਓ ਬਣਾਇਆ ਵੀ ਹੈ, ਬਹੁਤ ਕੁਝ ਕਮਾਇਆ ਵੀ ਹੈ, ਬਹੁਤ ਕੁਝ ਗਵਾਇਆ ਵੀ ਹੈ, ਪਰ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਬਹੁਤ ਕੁਝ ਮਿਲਿਆ। ਜਿਹੜੇ ਸੁਪਨੇ ਲਏ ਸੀ ਸਾਰੇ ਪੂਰੇ ਹੋ ਗਏ ਨੇ, ਥਾਰਾ ਹਾਇਆਬੂਸੇ ਗੱਡੀਆਂ ਮੋਟਰਸਾਈਕਲ ਟਰੈਕਟਰ ਪਤਾ ਨਹੀਂ ਕੀ ਕੁਛ ਹੈ ਨਾ, ਬਹੁਤ 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 ਸੋਹਣੀ ਲਾਈਫ ਚੱਲ ਰਹੀ ਹੈ ਬਾਈ, ਚਲਾਈ ਜਾਂਦੇ ਬਸ ਸਾਰਾ ਕੁਛ। ਗੱਲ ਹੋਰ ਬਾਈ ਹੈ ਨਾ ਵੀ ਜਿਹੜਾ ਜੇ ਆਪਾਂ ਨੂੰ ਲੱਗਦਾ ਜਿਵੇਂ ਵੀ ਸਾਡੇ ਕੋਲ ਜਿਹੜਾ ਜੇ ਅਸੀਂ ਪੈਸੇ ਕਮਾ ਰਹੇ ਜਾਂ ਅਸੀਂ ਚੀਜ਼ਾਂ ਖਰੀਦੀਆਂ ਜਾਂ ਜੀਪਾਂ ਥਾਰਾਂ ਮੋਟਰਸਾਈਕਲ ਜੋ ਵੀ ਹੈ ਨਾ ਟਰੈਕਟਰ ਜੋ ਵੀ ਚੀਜ਼ਾਂ ਅਸੀਂ ਕੀਤੀਆਂ 2-3 ਸਾਲ ਦੇ ਵਿੱਚ, ਸਭ ਤੋਂ ਪਹਿਲੀ ਗੱਲ ਤਾਂ ਮੈਂ ਇੱਕ ਵੀ ਜਿਹੜੇ ਭਰਾ ਬਾਹਰ ਜਾਣ ਦੀ ਸੋਚ ਰਹੇ ਇਸ ਟਾਈਮ, ਕਨੇਡਾ ਅਮਰੀਕਾ ਦਾ ਬਹੁਤ ਬੁਰਾ ਹਾਲ ਹੈ ਨਾ, ਕਨੇਡਾ ਦਾ ਤਾਂ ਬਾਹਲਾ ਬੁਰਾ ਹਾਲ ਹੈ, ਅਮੈਰੀਕਾ ਹਾਲੇ ਸੈੱਟ ਹੈਗਾ, ਬਾਹਰ ਤਾਂ ਬਹੁਤ ਬੁਰਾ ਹਾਲ ਹੈ ਬਾਈ ਸਾਰੇ ਹੈ ਨਾ। ਕਈ ਭਰਾ ਮੈਨੂੰ ਦੇਖ ਵੀ ਰਹੇ ਹੋਣੇ ਜਿਹੜੇ ਹਿਸਾਬ ਨਾਲ ਸਾਡੇ ਕੋਲ ਗੱਲਾਂ ਆਉਂਦੀਆਂ ਨੇ ਕਿ ਵੀ ਰੁਜ਼ਗਾਰ ਜੋਬ ਨਹੀਂ ਮਿਲ ਰਹੀਆਂ ਉੱਥੇ ਹੈ ਨਾ, ਆਪਾਂ 20-30 ਲੱਖ ਰੁਪਏ ਲਾ ਕੇ ਜਾ ਰਹੇ ਹਾਂ, ਅਤੇ ਕੋਸ਼ਿਸ਼ ਕਰੋ ਭਰਾ ਹੈ ਨਾ, ਮੈਂ ਇੱਕ ਵਾਰ ਮੋਟੀਵੇਟ ਕਰਨ ਦੀ ਇਹ ਕੋਸ਼ਿਸ਼ ਕਰਦਾ ਵੀ ਮੇਰੇ ਕਈ ਦੋਸਤ ਵੀ ਬਾਹਰ ਨੇਗੇ, ਉਹਨਾਂ ਨੇ ਵੀ ਮੈਨੂੰ ਮੂੰਹ ਤੋਂ ਇਹ ਗੱਲਾਂ ਕਹੀਆਂ ਨੇਗੀਆਂ ਵੀ ਬਾਈ ਜਿਹੜੀ ਚੀਜ਼ ਅਸੀਂ ਉੱਥੇ ਇੰਨੇ ਸਾਲ ਬਾਹਰ ਰਹਿ ਕੇ ਨਹੀਂ ਖਰੀਦ ਸਕੇ ਤੂੰ ਉਰੇ ਉਹ ਸਾਰੇ ਸ਼ੌਂਕ ਪੂਰੇ ਕਰ ਚੁੱਕੇਗਾ ਬਹੁਤ ਜਲਦ ਹੈ ਨਾ, 2-4 ਸਾਲ 'ਚ ਹੀ ਤਿੰਨੇ ਪੂਰੇ ਕਰ ਲਏ, ਜਿਹੜੀਆਂ ਚੀਜ਼ਾਂ ਅਸੀਂ ਬਾਹਰ ਜਾ ਕੇ ਸੋਚਦੇ ਹਾਂ ਵੀ ਅਸੀਂ ਉੱਥੇ ਪੈਸਾ ਕਮਾ ਕੇ ਉਰੇ ਲਿਆਵਾਂਗੇ ਅਤੇ ਉਰੇ ਆ ਕੇ ਉਹ ਚੀਜ਼ਾਂ ਅਸੀਂ ਸ਼ੌਂਕ ਪੂਰੇ ਕਰਾਂਗੇ, ਉਹ ਚੀਜ਼ਾਂ ਬਾਈ ਹੈ ਨਾ ਉਰੇ ਇੰਡੀਆ ਦੇ ਵਿੱਚ ਇੱਕ ਤਰ੍ਹਾਂ ਨਾਲ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂਗੇ ਵੀ ਉਰੇ ਰਹਿ ਕੇ ਵੀ ਤੁਸੀਂ ਬਹੁਤ ਕੁਝ ਕਰ ਸਕਦੇ। ਮੈਂ ਕੀ ਕਰ ਰਿਹਾ, ਜੋਬ ਹੈ ਮੇਰੇ ਕੋਲ, ਠੀਕ ਹੈ, ਮੈਂ ਸਰਕਾਰੀ ਜੋਬ ਕਰ ਰਿਹਾ, ਮੈਂ ਯੂਟਿਊਬ ਕਰ ਰਿਹਾ, ਅਤੇ ਅਸੀਂ ਟਰੈਕਟਰ ਤਿਆਰ ਕਰ ਰਹੇ ਹਾਂ, ਠੀਕ ਹੈ, ਅਸੀਂ 1-2 ਕੰਮ ਹੋਰ ਛੇੜ ਰੱਖੇ ਨੇਗੇ, ਉਹ ਚੀਜ਼ਾਂ ਕਰਕੇ ਅਸੀਂ ਕਿੰਨੇ ਕੰਮ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਕੱਲ੍ਹ ਤਾਂ ਮੈਂ ਪ੍ਰੋਪਰਟੀ ਦਾ ਵੀ ਕਰ ਰਿਹਾ, ਠੀਕ ਹੈ, ਤੁਰਦੇ ਫਿਰਦੇ, ਅਤੇ ਬਾਕੀ ਬਾਈ ਐਡਵਰਟਾਈਜਮੈਂਟ ਦਾ ਹੈ ਨਾ, ਯੂਟਿਊਬ ਇੰਸਟਾਗ੍ਰਾਮ ਫੇਸਬੁੱਕ 'ਤੇ ਉਹਦੀ ਬਹੁਤ ਵਧੀਆ ਇਨਕਮ ਆ ਰਹੀ ਹੈ, ਉਹਨਾਂ ਜ਼ਰੀਏ ਸਾਰੇ ਜਦੋਂ ਹੱਥ ਪੈਰ ਮਾਰਦੇ ਹਾਂ ਇੰਨੇ ਕੰਮ ਕਰਦੇ ਹੁੰਦੇ ਹੈਗੇ, ਉਹ ਫਿਰ ਸਾਰਾ ਕੁਝ ਪੋਸੀਬਲ ਹੋ ਜਾਂਦਾ ਬਾਈ, ਵਧੀਆ ਫਾਈਨੈਂਸ਼ਲੀ ਵਧੀਆ ਆਪਾਂ ਸਟਰੋਂਗ ਹੋ ਜਾਂਦੇ ਹੈਗੇ ਇਸ ਚੀਜ਼ ਨਾਲ, ਅਤੇ ਵਧੀਆ ਬਹੁਤ ਵਧੀਆ ਸਾਰੇ ਪਾਸਿਓਂ ਪਿਆਰ ਮਿਲਦਾ ਜੇ ਤੁਸੀਂ ਪੋਜ਼ਿਟਿਵ ਰਹਿ ਕੇ ਚੱਲੋਗੇ। ਬਾਕੀ ਜਿਹੜਾ ਬੰਦਾ ਚੋਰ ਹੁੰਦਾ ਨਾ, ਬੰਦਾ ਚੋਰ ਹੁੰਦਾ, ਜਿਹੜਾ ਬੰਦਾ ਦਿਲ ਦਾ ਮਾੜਾ ਹੁੰਦਾ ਹੈਗਾ, ਅੱਜ ਕੱਲ੍ਹ ਲੋਕ ਇੰਨੇ ਸਿਆਣੇ ਨੇ ਬਾਈ, ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ, ਤੁਸੀਂ ਕਿਸੇ ਦੇ ਹੋਰ ਦੀ ਵੀ ਵੀਡੀਓ ਦੇਖੋਗੇ ਨਾ, ਬੰਦਾ ਇੰਨੇ ਕੁ ਸਿਆਣੇ ਨੇ ਵੀਡੀਓ 'ਚ ਦੇਖ ਕੇ ਹੀ ਜੱਜ ਕਰ ਲੈਂਦੇ ਨੇ ਵੀ ਇਹ ਬੰਦਾ ਕਿਵੇਂ ਦਾ ਹੈਗਾ, ਜਾਂ ਕੋਈ ਬੰਦਾ ਚਲਾਕੀ ਕਰ ਰਿਹਾ, ਬੰਦੇ ਦੇ ਮੂੰਹ 'ਤੇ ਆ ਹੀ ਜਾਂਦੇ ਉਹ ਚੀਜ਼ਾਂ, ਸ਼ੋਅ ਹੋ ਹੀ ਜਾਂਦੀਆਂ ਨੇ ਬਈ, ਹੈ ਨਾ, ਜਿਹੋ ਜਿਹਾ ਬੰਦਾ ਹੁੰਦਾ ਉਹੀਆਂ ਚੀਜ਼ਾਂ ਉਹਦੇ ਮੂੰਹ 'ਤੇ ਸ਼ੋਅ ਹੋ ਹੀ ਜਾਂਦੀਆਂ ਨੇ, ਅਤੇ ਉਸੇ ਕਰਕੇ ਹੈ ਨਾ ਜੇ ਆਪਾਂ ਸਾਫ਼ ਦਿਲ ਨਾਲ ਚੱਲਾਂਗੇ ਤਾਂ ਵਧੀਆ ਲੌਂਗ ਚੱਲ ਸਕਦੇ ਹਾਂ, ਵਧੀਆ ਲੰਬੇ ਸਮੇਂ ਤੱਕ ਕਮਾ ਸਕਦੇ ਹਾਂ, ਲੰਬੇ ਸਮੇਂ ਤੱਕ ਕੰਮ ਕਰ ਸਕਦੇ। ਅਤੇ ਮੈਨੂੰ ਲੱਗਦਾ ਜਿੰਨਾ ਕੁ ਪਿਆਰ ਮੈਂ ਖੱਟ ਲਿਆ 2-4 ਸਾਲ 'ਚ ਕਨੇਡਾ ਅਮੈਰੀਕਾ, ਠੀਕ ਹੈ, ਨਿਊਜ਼ੀਲੈਂਡ, ਆਸਟ੍ਰੇਲੀਆ, ਬਾਕੀ ਹੋਰ ਸਾਰੇ ਦੁਬਈ, ਮੈਨੂੰ ਬਹੁਤ ਸਾਰੀਆਂ ਕਾਲਾਂ ਆਉਂਦੀਆਂ ਨਾ, ਜਿੰਨਾ ਕੁ ਪਿਆਰ ਮੈਂ ਖੱਟ ਲਿਆ, ਠੀਕ ਹੈ, ਕਿਸੇ ਵੀ ਦੇਸ਼ 'ਚ ਅੱਜ ਦੇ ਟਾਈਮ 'ਚ ਇੰਨਾ ਕੁ ਪਿਆਰ ਖੱਟ ਰਿਹਾ, ਕਿਸੇ ਵੀ ਦੇਸ਼ 'ਚ ਮੈਂ ਜਾ ਸਕਦਾ ਹੈਗਾ ਕਿਤੇ ਵੀ, ਹੈ ਨਾ, ਮੈਨੂੰ ਖੁਦ ਵੀ ਇੰਨੇ ਕੁ ਪਿਆਰ ਕਰਨ ਵਾਲੇ ਭਰਾ ਬੁਲਾਉਂਦੇ ਨੇਗੇ, ਅਤੇ ਉਹਦੇ ਲਈ ਬਾਈ ਮੈਂ ਦਿਲੋਂ ਧੰਨਵਾਦ ਕਰਦਾ ਹੈ ਨਾ ਵੀ ਮੈਂ ਰੱਬ ਨੇ ਵੀ ਮੈਨੂੰ ਇੰਨੇ ਜੋਗੇ ਕੀਤਾ ਵੀ ਇੰਨਾ ਤੁਹਾਡਾ ਸਾਰਿਆਂ ਦਾ ਪਿਆਰ ਮਿਲ ਰਿਹਾ, ਉਹਦੇ ਕਰਕੇ ਦਿਲੋਂ ਧੰਨਵਾਦ ਬਾਈ ਸਾਰਿਆਂ ਦਾ। ਅਤੇ ਹਵਾ ਨਹੀਂ ਮਾਰ ਰਿਹਾ ਮੈਂ ਇਸ ਚੀਜ਼ ਦੀ, ਕਿਸੇ ਵੀ ਚੀਜ਼ ਦੀ ਹਵਾ ਨਹੀਂ ਮਾਰ ਰਿਹਾ, ਸਿਰਫ ਮੈਂ ਦੱਸ ਰਿਹਾ ਹੈਗਾ ਵੀ ਆਪਾਂ ਜੇ ਕਿਸੇ ਤੋਂ ਨਹੀਂ ਜੈਲਸ ਨਹੀਂ ਕਰਦੇ, ਆਪਦਾ ਕੰਮ ਕਰਦੇ ਕਰੀ ਜਾਂਦੇ ਹੈਗੇ, ਤਾਂ ਬਾਈ ਸਭ ਕੁਝ ਪੋਸੀਬਲ ਹੈ। ਅਤੇ ਇਹ ਮੈਂ ਜੋ ਵੀ ਚਲੋ ਅੱਜ ਦੇ ਟਾਈਮ 'ਚ ਹੋਇਆ ਹੈ ਨਾ, ਇਹ ਸਿਰਫ ਮੇਰਾ ਪਹਿਲਾ ਸਟੈਪ ਹੈ, ਪਹਿਲੀ ਪੌੜੀ ਚੜਿਆ ਹਲੇ ਮੈਂ, ਅਤੇ ਜੋ ਅਸੀਂ ਡਰੀਮ ਦੇਖੇ ਹੋਏ ਨੇਗੇ ਉਹ ਡਰੀਮ ਵੀ ਜਲਦੀ ਹੀ ਪੂਰੇ ਕਰਨ ਦੀ ਕੋਸ਼ਿਸ਼ ਜਾਰੀ ਰਹੂਗੀ, ਅਤੇ ਅਸੀਂ ਮਿਹਨਤ ਮੂਹਨਤ ਤਾਂ ਕਰਦੇ ਰਹਾਂਗੇ, ਅੱਗੇ ਵੱਧਦੇ ਰਹਾਂਗੇ, ਪਹਿਲਾ ਸਟੈਪ ਚੜ੍ਹ ਚੁੱਕੇ ਹਾਂ ਬਾਈ, ਪਹਿਲਾ ਸਟੈਪ ਚੜ੍ਹ ਚੁੱਕੇ। ਹੁਣ ਬਾਈ ਮੈਂ ਆ ਗਿਆ ਸ਼ਹਿਰ, ਅਤੇ ਮੰਮੀ ਹੋਰੀ ਕਹਿੰਦੇ ਵੀ ਸਾਗ ਨਹੀਂ ਮਿਲ ਰਿਹਾ ਨਾ, ਖੇਤ ਹੈ ਸਾਗ ਕਿਤੇ, ਅਤੇ ਸਾਗ ਨਹੀਂ ਮਿਲ ਰਿਹਾ, ਫਿਰ ਸਾਗ ਹੁਣ ਮੰਡੀ 'ਚ ਲੱਭਣਾ ਹੈ ਬਾਈ, ਕਦੋਂ ਲੋਹੜੀ 'ਤੇ ਕਹਿੰਦੇ ਸਾਗ ਬਣਾਉਣਾ ਹੈਗਾ, ਅਤੇ ਬਾਕੀ ਦੇਖ ਰਿਹਾ ਜੇ ਲੱਭਦਾ ਸਾਗ ਉਰੇ ਸਬਜ਼ੀ ਮੰਡੀ ਬੱਚੇ ਆਉਂਦੇ ਨੇ ਤੁਹਾਡੇ ਕੋਲ ਲੈ ਕੇ ਆਵਾਂਗੇ। ਅਤੇ ਬਾਈ ਸੰਗਰੂਰ 'ਚ ਦੁਕਾਨਾਂ ਖੁੱਲ੍ਹ ਚੁੱਕੀਆਂ ਨੇਗੀਆਂ, ਅਦਬ ਨਾਲ ਸੀ ਸਾਡੇ ਉਹ ਪਤੰਗਾਂ ਦਾ ਜਿੱਦ ਕਰਨ ਲੱਗ ਗਿਆ, ਅਤੇ ਇਹਨਾਂ ਨੂੰ ਮੈਂ ਘੱਟੋ ਘੱਟ ਜਿੱਦਣ ਦੀ ਹੁਣ ਪਤੰਗ ਸ਼ੁਰੂ ਹੋਣੇ ਨਾ ਵੀ ਪਲਾਸਟਿਕ ਡੋਰ ਨਹੀਂ ਆਪਾਂ ਨੇ ਲੈਣੀ ਹੈਗੀ, ਘੱਟੋ ਘੱਟ 6 ਚਰਖੜੀਆਂ ਦਵਾ ਚੁੱਕਿਆ ਮੈਂ, ਖਤਮ ਕਰ ਦਿੰਦੇ ਹਫ਼ਤੇ 'ਚ ਖਤਮ ਕਰ ਦਿੰਦੇ ਨੇ ਇੱਕ ਵੱਡੀ ਚਰਖੜੀ, 6-7 ਲੈਣ ਆਇਆ ਮੈਂ ਅੱਜ। ਅਤੇ ਆਪਣੀ ਇਹਨਾਂ ਦੀ ਆਪਣੇ ਇਹ ਨਾਮ ਦੱਸ ਦਿਓ ਪਹਿਲਾਂ ਦਾ, ਅਤੇ ਉਰੇ ਇਹਨਾਂ ਦੀ ਦੁਕਾਨ ਹੈਗੀ ਨਾਭਾ ਗੇਟ ਦੇ ਵਿੱਚ, ਅਤੇ ਨਾਭਾ ਗੇਟ ਮੈਂ ਆਉਣ ਸਾਰ ਦੇਖਿਆ, ਮੈਂ ਕਿਹਾ ਯਾਰ ਪਲਾਸਟਿਕ ਵਾਲੀ ਰੱਖ ਲਈ, ਕਹਿੰਦੇ ਨਹੀਂ ਕੋਟਨ ਦੀ ਆਈ ਹੈ, ਨਵੀਂ ਚੀਜ਼ ਆਈ ਹੈ, ਦੱਸੋ ਇਹਦੇ ਬਾਰੇ ਕੀ ਹੈ। ਤੇ ਕੋਟਨ ਦਾ ਧਾਗਾ ਜੀ, ਇਹਨੂੰ ਯੂਜ਼ ਕਰੋ, ਚਾਈਨਾ ਦਾ ਪੂਰਾ ਬਹਿਸ਼ਕਾਰ ਕਰੋ, ਠੀਕ ਹੈ, ਉਹ ਕੀ ਬਹੁਤ ਹਾਨੀਕਾਰਕ ਹੈ ਬੱਚਿਆਂ ਲਈ, ਇਹ ਵਧੀਆ ਉਹਦੇ ਨਾਲ ਕੋਟਨ ਦੇ ਵਿੱਚ ਬੈਸਟ ਕੁਆਲਿਟੀ ਆਈ ਹੋਈ ਹੈ, ਥੋੜੇ ਨੂੰ ਵੈਸੇ ਹੁਣ ਤੋੜ ਕੇ ਸਾਡੋ ਵਧੀਆ ਯਾਰ।
ਹਜੇ ਇਸ ਦੇ ਵਿੱਚ ਹੋਰ ਵੀ ਵੈਰਾਇਟੀ ਆਣੀ ਆ, ਹੋਰ ਵੀ ਮਾਲ ਆ ਜਾਊਗਾ ਲੋਹੜੀ ਤੋਂ ਬਾਅਦ, ਇਹਦੇ ਵਿੱਚ ਬਹੁਤ ਕੁਆਲਿਟੀ ਆ ਗਈ। ਠੀਕ ਹੈ, ਤੇ ਚਲੋ ਆ ਆ ਨਾਰਮਲ ਚੱਕੜੀ ਪਹਿਲਾਂ ਵਾਲੀਆਂ ਤੇ ਹੈਗੀਆਂ ਨੇ, ਮੈਨੂੰ 5 ਆ ਗਈ, 12 ਤਾਂ 16 ਤਾਂ 9 ਤਾਂ। ਚਲੋ ਆ ਵੀ ਬਈ ਆ ਚੀਜ਼ ਵਧੀਆ ਹੈਗੀ ਹੈ ਨਾ, ਤੇ ਪਲਾਸਟਿਕ ਨਹੀਂ ਹੈਗੀ, ਇਹ ਕਾਟਨ ਦੀ, ਕਾਟਨ 'ਚ ਆ ਗਈ, ਬਸ ਸੇਮ ਰੀਲ ਹੋ ਅਤੇ ਉਸ ਪਹਿਲਾਂ ਵਾਲੀ ਮੰਗੂ ਆ ਗਿਆ। ਅਤੇ ਚਲੋ ਇੱਕ ਸਪੈਸ਼ਲ ਜੀ ਵੀਡੀਓ ਆਪਾਂ ਪਤੰਗਾਂ ਦੀ ਅੱਡ ਬਣਾ ਦਾਂਗੇ, ਅਤੇ ਅੱਜ ਪਹਿਲਾਂ ਡੋਰ ਲੈ ਕੇ ਜਾਈਏ। ਹਾਂ ਜੀ, ਆਦਮ ਨੂੰ ਡੋਰ ਦਵਾ ਦਿੱਤੀ ਹੈ ਅਤੇ ਹੁਣ ਚੱਲਦੇ ਹਾਂ ਘਰ ਨੂੰ ਜਲਦੀ ਜਲਦੀ, ਅਤੇ ਉਸ ਤੋਂ ਬਾਅਦ ਹੋਰ ਕੰਮ ਕਰ ਦੇਖਦੇ ਹਾਂਗੇ। ਕੱਲ੍ਹ ਨੂੰ ਹੈਗੀ ਹੈ ਲੋਹੜੀ, ਅਤੇ ਲੋਹੜੀ ਤਕਦੀਰ ਕੌਰ ਸਿੱਧੂ ਦੀ, ਸਾਡੀ ਪਹਿਲੀ ਲੋਹੜੀ ਹੈ, ਅਤੇ ਉਦੋਂ ਉਹਦੇ ਬਾਰੇ ਕਰਦੇ ਹਾਂ ਪਲਾਨ ਵੀ ਕੱਲ੍ਹ ਨੂੰ ਕੀ ਕਰਨਾ ਹੈਗਾ। ਤੁਹਾਨੂੰ ਕਰਦੇ ਹਾਂ ਅਗਲੀ ਵੀਡੀਓ ਦੇ ਵਿੱਚ, ਮਿਲਦੇ ਹਾਂ, ਇਸੇ ਤਰੀਕੇ ਨਾਲ ਪਿਆਰ ਬਣਾਈ ਰੱਖੋ। ਅਤੇ ਕੱਲ੍ਹ ਨੂੰ ਲੋਹੜੀ ਦਾ ਤਿਉਹਾਰ ਹੈ, ਅਤੇ ਸਾਡੀ ਕੋਸ਼ਿਸ਼ ਹੈ ਵੀ ਅਸੀਂ 2 ਟਰੈਕਟਰਾਂ ਦੀ ਟੈਸਟਿੰਗ ਕਰਨੀ ਹੈ, ਇੱਕ ਤਾਂ ਫੋਰਡ 3000 ਦੀ ਕਰਨੀ, ਇੱਕ ਫੋਰਡ 3600 ਦੀ ਕਰਨੀ ਹੈਗੀ। ਅਤੇ ਉਹ ਟਰੈਕਟਰਾਂ ਦੀ ਟੈਸਟਿੰਗ ਹੋ ਜੇ, ਅਤੇ ਉਸ ਤੋਂ ਬਾਅਦ ਉਹ ਵੀ ਪੇਂਟ 'ਤੇ ਸ਼ੁਰੂ ਹੋ ਜਾਣ, ਉਹਨਾਂ ਦਾ ਪੇਂਟ ਪੂੰਟ ਦਾ ਕੰਮ ਸ਼ੁਰੂ ਹੋ ਜਾਵੇ, ਅਤੇ ਉਹੀ ਚੀਜ਼ਾਂ ਦੀ ਕੋਸ਼ਿਸ਼ ਕਰਦੇ ਹਾਂ। ਕੱਲ੍ਹ ਨੂੰ ਮੇਰਾ ਸ਼ਾਇਦ ਟਰੈਕਟਰ ਮੰਡੀ ਦਾ ਵੀ ਗੇੜਾ ਹੈਗਾ, ਕੋਸ਼ਿਸ਼ ਹੈ, ਬਾਕੀ ਦੇਖਦੇ ਹਾਂ ਕੀ ਬਣਦਾ, ਕੱਲ੍ਹ ਨੂੰ ਟਾਈਮ 'ਤੇ ਦੇਖਾਂਗੇ। ਅਤੇ ਚਲੋ ਭਾਈ, ਇਸੇ ਤਰੀਕੇ ਨਾਲ ਪਿਆਰ ਬਣਾਈ ਰੱਖੋ, ਮਿਲਦੇ ਅਗਲੀ ਵੀਡੀਓ ਦੇ ਵਿੱਚ, ਦਿਲੋਂ ਧੰਨਵਾਦ ਤੁਹਾਡਾ ਸਾਰਿਆਂ ਦਾ।